ਲਹੂਲੁਹਾਣ ਹੋਏ ਮੁਲਾਜ਼ਮਾਂ ਦੀਆਂ ਇਹ ਤਸਵੀਰਾਂ ਤਰਨ ਤਾਰਨ ਦੀਆਂ ਨੇ, ਜਿੱਥੇ ਤਿੰਨ ਮੁਲਾਜ਼ਮਾਂ ਨੇ 500 ਰੁਪਏ ਲਈ ਇੱਕ ਦੂਜੇ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਤਿੰਨੇ ਹਸਪਤਾਲ ਪਹੁੰਚ ਗਏ। ਦਰਅਸਲ ਹੋਮਗਾਰਡ ਹਰਚਰਨ ਸਿੰਘ ਨੇ ਕੇਵਲ ਸਿੰਘ ਨੂੰ 500 ਰੁਪਏ ਉਧਾਰ ਦਿੱਤੇ ਸਨ ਤੇ ਜਦੋਂ ਹਰਚਰਨ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਕੇਵਲ ਨੇ ਬੰਦੇ ਬੁਲਾ ਕੇ ਉਸਦੀ ਤੇ ਉਸਦੇ ਸਾਥੀਆਂ ਦੀ ਕੁੱਟਮਾਰ ਕੀਤੀ। ਜ਼ਖਮੀਆਂ ਨੇ ਪੁਲਿਸ ਅਧਿਕਾਰੀਆਂ ਤੇ ਵੀ ਪੱਖਪਾਤ ਦੇ ਮਾਮਲੇ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਮੈਂ 500 ਰੁਪਇਆ ਧਰ ਲੈਣਾ ਸੀ ਕੇਵਲ ਸਿੰਘ ਔਰ ਇੰਚਾਰਜ ਅੱਜ ਤੋਂ 4-5 ਦਿਨ ਪਹਿਲੇ। ਅੱਛਾ, ਇਹਨੂੰ ਮੈਂ ਕਿਹਾ ਮੇਰੇ ਤੋਂ ਪੈਸਾ ਨਹੀਂ ਆ, ਅੱਧੇ ਘੰਟੇ ਬਾਅਦ ਉਹਦੇ ਕਹਿੰਦਾ ਮੈਂ ਥਾਣੇ ਚੱਲਿਆ, ਥਾਣੇ ਵੀ ਨਹੀਂ ਗਿਆ, ਉਹਨਾਂ ਦੇ ਘਰ ਗਿਆ ਉਹਨਾਂ ਬੰਦਿਆਂ ਦੇ। ਇਹਨੇ ਉਹ ਬੰਦੇ ਬੁਲਾ ਕੇ ਦੂਸਰਾ ਮੁੰਡਾ ਵੀ ਅਤੇ ਮੈਨੂੰ ਸਾਨੂੰ ਦੋਨਾਂ ਨੂੰ ਕੁੱਟ ਕੇ ਅਤੇ ਇਹਨੇ ਬਾਅਦ 'ਚ ਇਹ ਇੱਥੇ ਰਿਹਾ, ਅਸੀਂ ਭੱਜ ਕੇ ਜੰਮ ਬਚਾਈ। ਜਦੋਂ ਦੂਸਰੇ ਮੁੰਡੇ ਵੱਲ ਹੋ ਗਏ ਮੈਂ ਭੱਜ ਗਿਆ, ਸੱਟਾਂ ਬਹੁਤ ਲੱਗ ਗਿਆ ਜੀ, ਗੁੱਡੀਆਂ ਸੱਟਾਂ ਤੱਕ ਚੰਮੀਆਂ। ਉੱਥੋਂ ਭੱਜ ਕੇ ਆਪਣੇ ਜਨਮ ਚਾਹੀਏ ਫੋਨ ਲੱਗ ਕੇ ਆਣ ਕੇ ਸਿਕਿਉਰਟੀ ਵਾਲੇ ਆ ਫੌਜੀ ਜਿਹੜੇ ਉੱਥੇ ਗੋਦਾਮ ਦੇ ਵਿੱਚ, ਉਹਨਾਂ ਨੇ ਰਾਤ SPD ਸਾਹਿਬ ਨੂੰ ਫੋਨ ਕਰਦੇ ਰਹੇ, SH ਨੂੰ ਕਿਸੇ ਨੇ ਫੋਨ ਨਹੀਂ ਚੁੱਕਿਆ। ਬਾਅਦ 'ਚ ਉਹਨਾਂ ਨੇ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ, ਉਹਨਾਂ ਨੇ ਸਾਨੂੰ ਰਾਤ 12 ਵਜੇ ਉੱਥੋਂ ਗੋਦਾਮ 'ਚ ਲਿੰਦਾ। ਉਸ ਤੋਂ ਬਾਅਦ ਕੋਈ ਸਾਡਾ ਸਿੰਘ ਰਾਤ ਕੋਈ ਆਇਆ ਨਹੀਂ ਗਾ ਇੱਥੇ ਅਤੇ ਸਾਨੂੰ ਇਹੋ ਦਬਾਅ ਪਾਉਂਦੇ ਆ ਠੰਡਦਾਰ ਕਾਇਆ ਇੱਥੇ। ਉਹ ਆਉਂਦਾ ਵੀ ਤੁਸੀਂ ਕਿਹੋ ਵੀ ਸਾਡਾ ਰਾਤ ਅਸੀਂ ਦਾਰੂ ਪੀਤੀ, ਸਾਡਾ ਝਗੜਾ ਹੋਇਆ, ਜ਼ਰੂਰੀ ਕਹਿਣਾ ਵੀ ਸਾਨੂੰ ਬੰਦੇ ਪੈ ਗਏ। ਉੱਧਰ ਦੂਜੇ ਪਾਸੇ ਕੇਵਲ ਸਿੰਘ ਦਾ ਕਹਿਣਾ ਹੈ ਕਿ ਉਸਨੇ ਕੋਈ ਬੰਦੇ ਨਹੀਂ ਬੁਲਾਏ, ਸਗੋਂ ਹਰਚਰਨ ਤੇ ਬਲਵਿੰਦਰ ਨੇ ਮਿਲ ਕੇ ਉਸਨੂੰ ਕੁੱਟਿਆ। ਹਰੀ ਕੋਈ ਪੈਸਾ ਤੇ ਰਾਜੀ ਗੱਲ, ਸਿਰਫ ਉਹਨਾਂ ਮੈਨੂੰ ਮੱਝੀ ਜਾਤੀ ਦਾ ਕਹਿ ਕੇ ਮੇਰੇ ਨਾਲ ਇਹ ਗੱਲ ਕੀਤੀ ਹੈ। ਉਹ ਦੋਵੇਂ ਜਿੰਦਾ ਰਹੀ, ਜਦੋਂ ਮੈਨੂੰ ਮਤਲਬ ਕੋਈ ਨਹੀਂ ਗੱਲ ਕੀਤੀ ਤੇ ਇਹ ਨਹੀਂ ਗੱਲ ਕਰਦੇ, ਮੈਂ ਬੈਠਾ ਉਹਨੂੰ ਮੇਰੀ ਪੱਗ ਲਾ ਦਿੱਤੀ, ਆਪਣੇ ਪੱਗ ਲਾ ਕੇ ਤੇ ਮੈਨੂੰ ਕੁੱਟਣ ਡੇ ਪਏ। ਬਸ ਜਦੋਂ ਕੁੱਟ ਕੇ ਹਟ ਗਏ ਮਾੜੇ ਬਹਿ ਕੇ, ਮੁੜ ਕੇ ਮੈਂ ਕੁੱਟਿਆ ਉਹਨੂੰ। ਕੋਈ ਗੱਲ ਨਹੀਂ, ਉਹ ਕਰ ਰਹੇ ਵਾਰੀ ਪਈ ਸ਼ਰਾਬ ਵਾਲੇ ਵੈਰੀਫਾਈ ਕਰ ਰਹੇ ਹਨ, ਸੀਨੀਅਰ ਅਫਸਰ ਮੌਕੇ 'ਤੇ ਗਏ ਸੀ, ਠੀਕ ਹੈ ਜੀ, ਵੈਰੀਫਾਈ ਹੋ ਜਾ ਰਹੇ ਆ, ਸੀਨੀਅਰ ਅਫਸਰ ਜਾ ਰਹੇ ਆ ਪਤਾ ਲੈਣ ਵਾਸਤੇ ਜਾ ਰਹੇ ਆ। ਬਿਨਾਂ ਸ਼ੱਕ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਣ ਦੀ ਗੱਲ ਕਹੀ ਜਾ ਰਹੀ ਹੈ, ਪਰ ਪੁਲਿਸ ਮੁਲਾਜ਼ਮਾਂ ਦੇ ਇਸ ਵਤੀਰੇ ਨੇ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਅਕਸ ਨੂੰ ਢਾਹ ਜ਼ਰੂਰ ਲਗਾ